ਇੱਕ ਔਰਤ ਨੇ ਅਖਬਾਰ ਤੇ ਇਸ਼ਤਿਹਾਰ ਦਿੱਤਾ ਪ੍ਰਾਡੋ ਗੱਡੀ ਬਰਾਏ ਫਰੋਖਤ ਕੀਮਤ ਸਿਰਫ 500 ਰੁਪਿਆ ਕਈਆਂ ਬੰਦਿਆਂ ਨੇ ਅਖਬਾਰ ਤੇ ਇਸ਼ਤਿਹਾਰ ਪੜਿਆ ਲੇਕਿਨ ਉਹਦੀ ਗੱਲ ਤੇ ਕਿਸੇ ਨੇ ਗੌਰ ਨਾ ਕੀਤਾ ਇੱਕ ਹੋਰ ਬੰਦਾ ਅਖਬਾਰ ਪੜ ਰਿਆ ਸੀ ਉਹਦਾ ਇਸ਼ਤਿਹਾਰ ਦੇ ਉੱਤੇ ਧਿਆਨ ਪਿਆ ਉਹ ਵੇਖ ਕੇ ਬੜਾ ਹੱਸਿਆ ਕਹਿੰਦਾ ਚਲੋ ਸ਼ੁਕਰ ਹੀ ਸਹੀ ਉਹਦੇ ਦਿੱਤੇ ਹੋਏ ਐਡਰੈਸ ਤੇ ਚਲਾ ਗਿਆ ਉਹਨੇ ਜਾ ਕੇ ਦਰਵਾਜ਼ਾ ਖੜਕਾਇਆ ਇੱਕ ਔਰਤ ਬਾਹਰ ਨਿਕਲੀ ਉਹਨੂੰ ਜਾ ਕੇ ਕਹਿੰਦਾ ਜੀ ਮੈਂ ਅਖਬਾਰ ਤੇ ਤੁਹਾਡਾ ਇਸ਼ਤਿਹਾਰ ਪੜਿਆ ਸੀ ਤੁਸੀਂ ਕਹੇ ਸੀ ਗੱਡੀ ਵੇਚਣੀ ਹੈ ਕਹਿੰਦੀ ਹਾਂ ਜੀ ਬਿਲਕੁਲ ਗੱਡੀ ਵੇਚਣੀ ਹੈ ਬੰਦੇ ਨੇ ਗੱਡੀ ਵੇਖਣ ਦੀ ਫਰਮਾਇਸ਼ ਕੀਤੀ ਉਹ ਬੰਦੇ ਨੂੰ ਇੱਕ ਗਰਾਜ ਦੇ ਵਿੱਚ ਲੈ ਗਈ ਉਹਨੇ ਜਦੋਂ ਗਰਾਜ ਦਾ ਦਰਵਾਜ਼ਾ ਖੋਲਿਆ ਏਡੀ ਵੀਆਈਪੀ ਨਵੀਂ ਗੱਡੀ ਖਲੋਤੀ ਪ੍ਰਾਡੋ ਉਹ ਬੰਦਾ ਵੇਖ ਕੇ ਹੈਰਾਨ ਪਰੇਸ਼ਾਨ ਉਹ ਬੰਦਾ ਕਹਿੰਦਾ ਤੁਸੀਂ ਪੂਰੇ ਹੋਸ਼ੋ ਹਵਾਜ਼ ਦੇ ਵਿੱਚ ਕਹਿ ਰਹੇ ਜੇ 500 ਰੁਪਏ ਦੀ ਪ੍ਰਾਡੋ ਵੇਚਣੀ ਹੈ ਕਹਿੰਦੀ ਹਾਂ ਜੀ ਮੈਂ ਪੂਰੀ ਹੋਸ਼ ਦੇ ਵਿੱਚ ਗੱਡੀ ਤੁਹਾਨੂੰ 500 ਰੁਪਏ ਦੀ ਦੇ ਰਹੀ ਹਾਂ ਉਹਨੇ ਡਰਦੇ ਡਰਦੇ ਨੇ ਜੇਬ ਦੇ ਵਿੱਚੋਂ 500 ਰੁਪਿਆ ਕੱਢਿਆ ਤੇ ਉਹਨੂੰ ਦੇ ਦਿੱਤਾ ਉਸ ਔਰਤ ਨੇ ਉਹਨੂੰ ਕਾਗਜ਼ਾਤ ਤੇ ਉਹਦੀ ਚਾਬੀ ਲਿਆਕ ਦਿੱਤੀ ਉਹਨੇ ਕਿਹਾ ਫੜਾ ਹੁਣ ਤੇਰੀ ਹੈ ਉਹ ਕਹਿੰਦਾ ਮੈਡਮ ਜੀ ਹੁਣ ਤੇ ਮੈਨੂੰ ਦੱਸ ਦੋ ਮੈਨੂੰ ਇਹ ਸਾਰੇ ਮਾਮਲੇ ਦੀ ਸਮਝ ਨਹੀਂ ਆਈ ਮੈਂ ਤੇ ਸੋਚ-ਸੋਚ ਕੇ ਪਾਗਲ ਹੋ ਜਾਊਂਗਾ ਕਹਿੰਦੀ ਮੇਰੇ ਬੰਦੇ ਨੇ ਵਸੀਅਤ ਕੀਤੀ ਸੀ ਆ ਗੱਡੀ ਜਿੰਨੇ ਦੀ ਵੀ ਵਿਕੇ ਇਹਦੀ ਸਾਰੀ ਰਕਮ ਮੇਰੀ ਦੂਸਰੀ بیوی ਨੂੰ ਦੇ ਦੇ ਦੀ